किसान वीरों सत श्री अकाल, मैं प्रगट सिंह फसलों की जानकारी तो। वट्टां वाला झोना पिछली बार आपां उहदे फसल दे नाल क्रॉप प्रैक्टिस दे नाल संबंधित काफ़ी वीडियो बनाईआं सीगीआं, फार्मर दे तुहानूं खेत भी दिखाए सी ते एंड दे विच उहदा आपां नूं कंक्लूजन भी मिलिआ सी कि झाड़ वधिया मिलदा, घट समें दे विच घट पानी की लागत दे नाल चंगा मुनाफा कमाउण दा तरीका जिहड़े किसान भरा झोने की काश्त छोटे वड्डे लैवल ते करदे आ। पर सवाल जवाब मना दे विच समें समें ते ਆਉਂਦੇ ਰਹਿੰਦੇ ਆ ਕਿ ਇਸ ਕਰੋਪ ਪ੍ਰੈਕਟਿਸ ਦਾ ਕੰਪਲੀਟ ਲਿਟਰੇਚਰ ਕਿੱਥੋਂ ਮਿਲੇਗਾ, ਜਾਂ ਇਸ ਕਰੋਪ ਪ੍ਰੈਕਟਿਸ ਦੀ ਪਨੀਰੀ ਬੀਜਣ ਤੋਂ ਲੈ ਕੇ ਝੋਨਾ ਵੱਢਣ ਤੱਕ ਕੀ ਕਰੋਪ ਪ੍ਰੈਕਟਿਸ ਆ, ਇਹ ਇਹਦੀ ਜਿਹੜੀ ਇਹਦੇ ਖੋਜ ਕਰਤਾ ਡਾਕਟਰ ਦਲੇਰ ਸਿੰਘ ਜੀ, ਉਹਨਾਂ ਦੇ ਨਾਲ ਆਪਾਂ ਇੰਟਰਵਿਊ ਕਰ ਰਹੇ ਹਾਂ। ਸਾਰੀ ਇੰਟਰਵਿਊ ਨੂੰ ਦੇਖਿਓ, ਤੁਹਾਡਾ ਜਿਹੜਾ ਸਵਾਲ ਹੋਇਆ ਉਹ ਵੀ ਕੀਮਤ ਵੀ ਕੀਮਤੀ ਹੋਏਗਾ, ਨੀਚੇ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ, ਉਹਦਾ ਵੀ ਜਵਾਬ ਦਿੱਤਾ ਜਾਵੇਗਾ। ਪਰ ਜਿਹੜੀ ਇਸ ਕਰੋਪ ਪ੍ਰੈਕਟਿਸ ਦੇ ਨਾਲ ਸੰਬੰਧਿਤ ਪਨੀਰੀ ਦੇ ਨਾਲ ਸੰਬੰਧਿਤ ਹੈ, ਜਾਂ ਫਸਲ ਟਰਾਂਸਪਲੈਂਟ ਕਰਨ ਦੇ ਨਾਲ, ਜਾਂ ਵੱਟਾਂ ਪਾਉਣ ਦੇ ਨਾਲ, ਬੈੱਡ ਪਾਉਣ ਦੇ ਨਾਲ, ਆਪਣੇ ਜਿਹੜੇ ਸਵਾਲ ਜਵਾਬ ਆ ਉਹ ਇਹਨਾਂ ਨੂੰ ਮੈਂ ਕਰਾਂਗਾ, ਅਤੇ ਇਹਨਾਂ ਦੇ ਜਿਹੜੇ ਜਵਾਬ ਆ ਬਹੁਤ ਕੀਮਤੀ ਹੋਣਗੇ ਧਿਆਨ ਦੇ ਨਾਲ, ਉਹ ਤੁਸੀਂ ਸੁਣਨੇ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰ, ਜਿਹੜੀ ਵੱਟਾਂ ਵਾਲੀ ਤਕਨੀਕ ਹੈ, ਵੱਟਾਂ 'ਤੇ ਝੋਨਾ ਲਾਉਣਾ, ਫਾਰਮਰ ਲਗਭਗ ਜਿੰਨੇ ਵੀ ਖੇਤੀ ਦੇ ਆਸ਼ਕ ਹੈ ਉਹਨਾਂ ਦੇ ਵਿੱਚ ਪ੍ਰਚਲਿਤ ਹੋ ਚੁੱਕੀ ਹੈ, ਪਰ ਜਿਹੜਾ ਕੋਈ ਨਵਾਂ ਫਾਰਮਰ ਆ ਜਾਂ ਜਿਹੜੇ ਫਾਰਮਰ ਨੂੰ ਇਹਦੇ ਵਿੱਚ ਹਜੇ ਕੋਈ ਡਾਊਟਸ ਨੇ, ਉਹ ਕੋਈ ਵੀ ਡਾਊਟ ਨਾ ਰਹੇ, ਤੁਸੀਂ ਇਸ ਤਕਨੀਕ ਨੂੰ ਸਟਾਰਟਿੰਗ ਤੋਂ ਝੋਨੇ ਦੀ ਹਾਰਵੈਸਟਿੰਗ ਤੱਕ ਜਿਹੜੀ ਜਿੰਨੀ ਵੀ ਕਰੋਪ ਪ੍ਰੈਕਟਿਸ ਹੈ ਉਹ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਦੱਸੋ ਜੀ। ਮੈਂ ਡਿਟੇਲ ਦੱਸਦਾ ਜੀ। ਇਹ ਆਮ ਇੱਕ ਸੰਦ ਹੈ ਜਿਹੜਾ ਟਰੈਕਟਰ ਟਰਾਲੀਜਰ ਹੈ, ਜਿਹਦੇ 'ਚ ਲੋਕ ਪਿੰਡਾਂ 'ਚ ਮੂਲੀਆਂ ਵੀ ਲਾਉਂਦੇ ਨੇ, ਪਿਆਜ਼ ਵੀ ਲਾਉਂਦੇ ਆ, ਹਾਂਜੀ, ਮਟਰ ਵੀ ਲਾਉਂਦੇ ਆ, ਗੰਨਾ ਵੀ ਲਾਉਂਦੇ ਸੀਗੇ ਜੀ, ਵੱਟਾਂ ਕੱਢ ਕੇ ਖਾਣਾ 'ਚ ਗੰਨਾ ਬੀਜਦੇ ਸੀ, ਆਲੂਆਂ 'ਤੇ ਵੀ ਮਿੱਟੀ 'ਚ ਲਾਉਂਦੇ ਸੀ, ਆਮ ਕਾਫੀ ਮਤਲਬ ਫਸਲਾਂ ਜਿਹੜੀਆਂ ਵੱਟਾਂ 'ਤੇ ਲੱਗਦੀਆਂ, ਇੱਕ ਕਾਮਨ ਇਹ ਆਮ ਉਪਲਬਧ ਸੰਦ ਹੈ ਜਿਹੜਾ, ਅਤੇ ਮਹਿੰਗਾ ਵੀ ਕੋਈ ਜ਼ਿਆਦਾ ਨਹੀਂ, ਮਹਿੰਗਾ ਵੀ ਹੈ ਨਹੀਂ, ਅਤੇ ਤਕਰੀਬਨ ਕੋਈ ਪੰਜਾਬ ਦਾ ਐਸਾ ਜੱਟ ਨਹੀਂ ਹੋਣਾ ਜਿਹਦੇ ਕੋਲ ਹੈ ਨਹੀਂ। ਪਹਿਲੀ ਗੱਲ ਤਾਂ ਇਹ ਵੀ ਜ਼ਮੀਨ ਲੇਜ਼ਰ ਲੈਵਲ ਘਰ ਲਓ, ਇਹਦਾ ਤੁਹਾਨੂੰ ਬਹੁਤ ਫਾਇਦਾ, ਠੀਕ ਹੈ ਜੀ। ਉਹ ਤੋਂ ਬਾਅਦ ਚੰਗੀ ਤਰ੍ਹਾਂ ਤੁਸੀਂ ਜ਼ਮੀਨ ਜਿਹੜੀ ਹੁਣ ਆਪਾਂ ਤੁਹਾਨੂੰ ਪਹਿਲਾਂ ਦੱਸੀਏ, ਕਿਉਂਕਿ ਇਹਦੇ ਵਿੱਚ ਵੱਟਾਂ ਵਾਲੇ ਝੋਨੇ ਦੇ ਵਿੱਚ ਝਾੜ ਵੱਧ ਨਿਕਲਦਾ, ਇਸ ਕਰਕੇ ਸਾਡੀ ਜਿਹੜੀ ਰਿਕਮੈਂਡੇਸ਼ਨ ਹੈ, ਜਿਹਨੇ ਕਣਕ ਦੇ ਵਿੱਚ ਪੂਰੀ ਖਾਦ ਪਾਈ ਹੋਵੇ ਉਹ ਝੋਨੇ ਵਿੱਚ ਖਾਦ ਨਾ ਪਾਵੇ ਜੀ। ਪਰ ਮੈਂ ਜ਼ਰੂਰ ਕਹੂੰਗਾ, ਕਿਉਂਕਿ ਇਹਦੇ ਵਿੱਚ ਤੁਸੀਂ 30-40% ਤੱਕ ਝਾੜ ਵੱਧ ਲੈਣਾ, ਫਸਲ ਕੁਛ ਪਹਿਲੇ ਪੱਕਣੀ, ਇਹਦੇ ਵਿੱਚ ਤੁਹਾਨੂੰ ਅਡੀਸ਼ਨਲ ਜਿਹੜੀ ਤੁਸੀਂ ਕਣਕ ਤੋਂ ਬਾਅਦ ਜਿਹੜੀ ਅਸੀਂ ਸਿਰਫ ਯੂਰੀਆ ਪਾਉਂਦੇ ਹੋ, ਇਹਦੇ ਵਿੱਚ ਤੁਹਾਨੂੰ 25-30 ਕਿਲੋ ਜਾਈ ਪਾਓ, ਜਾਂ ਤੁਸੀਂ 25-30 ਕਿਲੋ 12-32-16 ਜ਼ਰੂਰ ਪਾਓ ਪਹਿਲੇ 2 ਸਾਲਾਂ 'ਚ। ਉਸ ਤੋਂ ਬਾਅਦ ਇਹਨੂੰ ਬਿਲਕੁਲ ਬੰਦ ਕਰਨ ਦੀ ਲੋੜ ਪੈ ਜਾਣੀ, ਮੈਂ ਤੁਹਾਨੂੰ ਦੱਸੂਗਾ। ਵੱਟਾਂ ਕੱਢੋ, ਇਹ ਜ਼ਮੀਨ ਤਿਆਰ ਕਰੋ, ਜ਼ਮੀਨ ਤਿਆਰ ਕਰਨ ਤੋਂ ਪਹਿਲੇ ਉਹ 25-30 ਕਿਲੋ ਡਾਈਮੋਨੀਅਮ ਫਾਸਫੇਟ ਪਾ ਲਓ, 25 ਕਿਲੋ ਨਾਲ ਯੂਰੀਆ ਪਾ ਲਓ ਜਾਂ NPK ਪਾ ਲਓ, ਵੱਟਾਂ ਕੱਢ ਦਿਓ, ਵੱਟਾਂ ਕੱਢ ਕੇ ਤੁਸੀਂ ਪਾਣੀ ਛੱਡੋ ਪਹਿਲੇ ਦਿਨ, ਪਾਣੀ ਛੱਡ ਕੇ ਦੂਜੇ ਦਿਨ ਪਾਣੀ ਫਿਰ ਛੱਡੋ, ਪਾਣੀ ਤਕਰੀਬਨ ਥੋੜ੍ਹਾ ਥੋੜ੍ਹਾ ਖਾਣ 'ਚ ਨਜ਼ਰ ਆਉਣ ਲੱਗ ਜਾਏਗਾ। ਵੱਟਾਂ ਦੇ ਦੋਨੇ ਪਾਸੇ ਅੱਧ ਵਿਚਾਲੇ, ਜੇ ਤਾਂ ਤੁਹਾਡੀ ਪਨੀਰੀ ਇਹਦੇ ਵਿੱਚ ਛੋਟੀ ਪਨੀਰੀ ਲੱਗ ਸਕਦੀ ਹੈ, 15-20 ਦਿਨ ਦੀ ਪਨੀਰੀ ਬੜੇ ਆਰਾਮ ਨਾਲ ਲੱਗ ਜਾਏ, ਜੇ ਤਾਂ ਤੁਹਾਡੀ ਵੱਟਾਂ ਦੀ ਪਨੀਰੀ ਛੋਟੀ ਆ ਤਾਂ ਝੋਨੇ ਦੀ ਆ, ਤਾਂ ਤੁਸੀਂ ਛੋਟੀ ਪਨੀਰੀ ਵੱਟਾਂ ਦੇ ਦੋਨੇ ਪਾਸੇ, ਵੱਟਾਂ ਜਿਹੜਾ ਸੈਂਟਰ ਟੂ ਸੈਂਟਰ ਹੈ ਵੱਟ ਦਾ ਉਹ 2 ਫੁੱਟ 'ਤੇ ਹੈ, ਜਦੋਂ ਤੁਸੀਂ ਵੱਟਾਂ ਦੀਆਂ ਢਲਾਨਾਂ 'ਤੇ ਆਉਂਗੇ ਤਾਂ ਤੁਹਾਡੀ ਜਿਹੜੀ ਰੋਡ ਟੂ ਰੋਡ ਡਿਸਟੈਂਸ ਹੈ ਉਹ ਫੁੱਟ ਹੋ ਜੂਗਾ, ਜਿਹੜਾ ਤੁਸੀਂ ਬੂਟਾ ਤੁਹਾਡੀ ਪਨੀਰੀ 20 ਦਿਨ ਤੋਂ ਛੋਟੀ, 15-20 ਦਿਨ, ਈਵਨ 12-13 ਦਿਨ ਦੀ ਪਨੀਰੀ ਵੀ ਲੱਗ ਜਾਂਦੀ ਆ, ਉਹ ਤੁਸੀਂ 8-8 ਇੰਚ 'ਤੇ ਲਾਓ, ਫੁੱਟ ਬਾਈ 8 ਇੰਚ 'ਤੇ 16 ਬੂਟੇ ਪਰ ਸਕੇਅਰ ਮੀਟਰ ਨੇ, ਜੇ ਤੁਹਾਡੀ 20-25 ਦਿਨ ਤੱਕ ਦੀ ਪਨੀਰੀ ਹੈ, ਈਵਨ 30 ਦਿਨ ਤੱਕ ਦੀ ਵੀ, ਤਾਂ ਤੁਸੀਂ ਫੁੱਟ ਬਾਈ 6-6 ਇੰਚ 'ਤੇ ਲਾਓ, 22 ਬੂਟੇ ਪਰ ਸਕੇਅਰ ਮੀਟਰ ਤੁਹਾਡੇ ਬਣ ਜਾਣਗੇ, ਜਦਕਿ ਸਾਡੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ 33 ਬੂਟੇ ਟਾਈਮ ਦੇ ਅਤੇ 44 ਬੂਟੇ ਪਰ ਸਕੇਅਰ ਮੀਟਰ, ਬਣੀ 6 ਇੰਚ ਬਾਈ 6 ਇੰਚ 'ਤੇ 43 ਕਰੋ, ਨਹੀਂ ਤਾਂ 8 ਇੰਚ ਬਾਈ 6 ਇੰਚ 'ਤੇ 33 ਬੂਟੇ ਜ਼ਰੂਰ ਲਾਓ। ਇਹਨਾਂ ਤੁਹਾਨੂੰ ਮੈਂ ਲਾ ਕੇ ਜ਼ਿਆਦਾ ਬੂਟੇ ਪੂਰੇ ਕਰਕੇ ਦੇਖ ਲਿਆ, 30 ਕਰਕੇ ਦੇਖ ਲਿਆ, ਵੱਧ ਦਾ ਝਾੜ ਹੈ, ਜਿਹੜੇ ਵੱਧ ਬੂਟੇ ਲਾਏ ਦਾ ਕੋਈ ਫਾਇਦਾ ਨਹੀਂ ਹੁੰਦਾ, ਲੇਬਰ ਵੀ ਵੱਧ ਲੱਗਦੀ ਹੈ ਅਤੇ ਉਹਦਾ ਨੁਕਸਾਨ ਵੀ ਹੁੰਦਾ, ਏਅਰ ਸਰਕੂਲੇਸ਼ਨ ਵਧਣਾ ਚਾਹੀਦਾ, ਏਅਰ ਸਰਕੂਲੇਸ਼ਨ ਨਹੀਂ ਵੱਧਦੀ। ਜਿੰਨੀ ਛੋਟੀ ਪਨੀਰੀ ਹੈ ਕੋਸ਼ਿਸ਼ ਇਹ ਕਰੋ ਵੀ ਤੁਸੀਂ 20 ਦਿਨ ਤੋਂ ਛੋਟੀ ਛੋਟੀ ਲਾਓ, ਅਤੇ ਜਿਹੜੀ ਤੁਹਾਡੀ ਬਾਂਸਮਤੀ ਦੀ ਪਨੀਰੀ ਹੈ ਉਹ ਤੁਸੀਂ ਫੁੱਟ ਬਾਈ 6 ਇੰਚ ਲਾਓ, ਵੀ ਛੋਟੀ ਉਮਰ ਦੀ ਪਨੀਰੀ ਲਾਓ, 20 ਦਿਨ ਤੋਂ ਥੱਲੇ ਥੱਲੇ, ਤੁਹਾਨੂੰ ਜਿਹੜਾ ਝਾੜ ਹੈ 40% ਤੱਕ ਝਾੜ ਵੱਧ ਮਿਲ ਜਾਏਗਾ, ਜਿਹੜਾ ਇਸ ਵੇਲੇ ਤੁਹਾਨੂੰ ਗਾਪਰ ਨਜ਼ਰ ਆਉਂਦਾ ਔਰ ਤੁਹਾਨੂੰ ਆਪਣੇ ਆਪ ਨਜ਼ਰ ਆਏਗਾ। ਇਹਦੇ ਵਿੱਚ ਪਹਿਲੇ ਦਿਨ ਯਾਨੀ ਤੁਸੀਂ ਵੱਟਾਂ ਬਣਾਓ, ਪਾਣੀ ਪਹਿਲੇ ਦਿਨ ਛੱਡ ਕੇ, ਦੂਜੇ ਦਿਨ ਵੱਟਾਂ ਛੱਡ ਕੱਢ ਉਹਨਾਂ ਪਾਣੀ ਛੱਡ ਕੇ
ਪਨੀਰੀ ਲਾ ਦਿਓ, ਤੀਜੇ ਦਿਨ ਖਾਣਾ 75% ਭਰ ਦਿਓ, ਖਾਲ ਤਾਂ ਪਾਣੀ ਉੱਤੇ ਕਰਨ ਦੀ ਲੋੜ ਨਹੀਂ, ਟੱਪ ਜਾਏ ਤਾਂ ਉਹਦਾ ਕੋਈ ਨੁਕਸਾਨ ਨਹੀਂ ਅਤੇ ਫਾਇਦਾ ਵੀ ਕੋਈ ਨਹੀਂ। ਅਤੇ ਫਿਰ ਦੂਜੇ ਦਿਨ ਜਦੋਂ ਤੁਸੀਂ ਪਨੀਰੀ ਲਾ ਦੇਣੀ, ਤੀਜੇ ਦਿਨ ਸਵੇਰੇ ਪਾਣੀ ਭਰ ਦੇਣਾ, ਸ਼ਾਮ ਨੂੰ ਜਿੰਨਾ ਕੁ ਪਾਣੀ ਜੀ ਰਿਹਾ ਸ਼ਾਮ ਨੂੰ ਤੁਸੀਂ 1 ਲੀਟਰ ਫਾਸਫੇਟਸ ਬੂਟਾ ਕਲੋਰ ਦੀ ਜਾਂ 1 ਲੀਟਰ ਸਟੰਪ 60 ਗ੍ਰਾਮ ਸਾਥੀ ਇਹਦੀ ਮਿਕਸ ਕਰਕੇ ਤੁਸੀਂ ਸਪਰੇਅ ਕਰਨੀ ਹੈ, ਵੱਟਾਂ ਨੂੰ ਟਾਰਗੇਟ ਕਰਕੇ ਵੱਟਾਂ ਦੇ ਸਪਰੇਅ ਕਰ ਦਿਓ, ਖਾਣਾ ਤੁਹਾਡੀ ਆਪਣੇ ਆਪ ਕਵਰ, ਪਾਣੀ ਨਹੀਂ ਹੋਣਾ ਚਾਹੀਦਾ ਉਦੋਂ, ਹਾਂ ਪਾਣੀ ਥੋੜਾ ਹੋਵੇ ਮਤਲਬ ਭਰਮਾ ਨਾ ਹੋਵੇ, ਥੋੜਾ ਥੱਲੇ ਜਿੰਨਾ ਕੁ ਹੈਗਾ ਹੈਗਾ ਨਹੀਂ, ਠੀਕ ਹੈ। ਤੇ ਦੂਜੇ ਦਿਨ ਫਿਰ ਸ਼ਾਮ ਨੂੰ ਤੁਸੀਂ ਖਾਣਾ ਭਰ ਦਿਓ, ਠੀਕ ਹੈ। ਪਹਿਲੇ 15 ਦਿਨ ਅਸੀਂ ਖਾਣਾ ਦੇ ਵਿੱਚ ਪਾਣੀ ਭਜਾਉਣਾ, ਤੁਹਾਨੂੰ ਥੱਲੇ ਹਿੱਸੇ 'ਚ ਜਿਹੜੀ 2-2 ਇੰਚ ਦੇ ਪਾਣੀ ਨਜ਼ਰ ਆਵੇ ਉਹਦੇ ਨਾਲ ਤੁਹਾਡਾ ਵੀਟ ਕੰਟਰੋਲ ਬਹੁਤ ਜ਼ਿਆਦਾ ਹੋ ਜਾਂਦਾ, ਅਦਰਵਾਈਜ਼ ਇੰਨੀ ਪਾਣੀ ਦੀ ਲੋੜ ਨਹੀਂ। 15 ਦਿਨਾਂ ਦੇ ਬਾਅਦ ਫਿਰ ਤੁਸੀਂ ਪਾਣੀ ਜਿਹੜਾ ਹੈ ਹਰ 4 ਦਿਨ ਬਾਅਦ ਖਾਲ ਪਾਉਣੀ ਭਰਨੀ ਆ, ਜਦੋਂ ਜੀਰ ਜਾਏ 2-3 ਦਿਨ ਵੇਟ ਕਰਕੇ ਫਿਰ ਤੁਸੀਂ ਦੁਬਾਰਾ ਖਾਣ 4, ਯਾਨੀ ਤੁਸੀਂ ਦੂਜੇ 15 ਦਿਨ ਦੇ ਵਿੱਚ 4 ਤੁਸੀਂ ਪਾਣੀ ਦੇ ਦਿਓ। ਮਹੀਨੇ ਬਾਅਦ ਤੁਹਾਡਾ ਲੰਘ ਗਿਆ ਫਿਰ ਤੁਸੀਂ ਹਫ਼ਤੇ ਦੇ ਹਫ਼ਤੇ ਪਾਣੀ ਭਜਾਉਣਾ, ਡਿਪੈਂਡਿੰਗ ਖਾਣਾ ਵਿੱਚ ਪਾਣੀ ਭਜਾਉਣਾ, ਖੜਾ ਕਰਨ ਦੀ ਲੋੜ ਨਹੀਂ, ਠੀਕ ਹੈ। ਇਹਦੇ ਨਾਲ ਤੁਹਾਡਾ ਜਿਹੜਾ ਪਾਣੀ ਹੈ ਕੱਦੂ ਵਾਲੀ ਨੂੰ ਘੱਟੋ ਘੱਟ ਸਿੱਧਾ 50% ਬਚਣਾ, ਜਿਹੜਾ ਜਿਹੜਾ ਤੁਸੀਂ ਮਤਲਬ ਪਾਣੀ ਉਹਨੂੰ ਦੇਣਾ ਇਰੀਗੇਸ਼ਨ ਵਾਲਾ, ਪਰ ਉਹਦਾ ਅਡੀਸ਼ਨਲ ਬੈਨੀਫਿਟ ਇਹ ਹੋਣਾ ਜਿਹੜਾ ਤੁਸੀਂ ਪਾਣੀ ਦਿੰਦੇ ਹੋ ਨਾਲ ਦੀ ਨਾਲ ਇਰੀਗੇਸ਼ਨ ਵਾਟਰ, 70% ਪਾਣੀ ਨਾਲ ਦੀ ਨਾਲ ਥੱਲੇ ਚੱਲ ਜਾਂਦਾ। ਇੱਕ ਆਪਾਂ ਜੇ ਤੁਸੀਂ ਵੱਟਾਂ ਦਾ ਸਰਫੇਸ ਏਰੀਆ ਗਿਣ ਲਓ, ਜਿਹੜਾ ਖਾਣਾ ਦਾ ਵੱਟਾਂ ਦੇ ਖਾਣਾ ਦਾ, ਉਹ 35% ਏਰੀਏ ਤੋਂ ਪਾਣੀ ਵੱਧ ਏਰੀਏ 'ਚ ਨਹੀਂ ਦੇਣਾ ਹੁੰਦਾ, ਇਹਦਾ ਮਤਲਬ ਤੁਹਾਡੀ ਜਿਹੜੀ ਇਵੈਪੋਰੇਸ਼ਨ ਦੀ ਥਾਂ ਹੈ ਉਹ 35% ਰਹਿ ਗਈ, 60% ਨਾ ਰਹੀ ਜਿਹੜੀ ਕੱਦੂ ਕਰਕੇ ਸਾਨ ਜੀ, ਉਹ 35% ਦੇ ਵਿੱਚੋਂ ਵੀ ਜਿਹੜਾ ਬਹੁਤ ਸਾਰਾ ਹਿੱਸਾ ਪਾਣੀ ਜਿਹੜਾ ਉਹ ਜ਼ਮੀਨ 'ਚ ਚੱਲ ਜਾਂਦਾ ਨਾਲ ਦੀ ਨਾਲ, ਯਾਨੀ ਇਵੈਪੋਰੇਸ਼ਨ 5-7% ਏਰੀਏ ਦੀ ਤੁਹਾਡੀ ਥਾਂ ਰਹਿ ਗਈ, ਕੁਛ ਵੱਟਾਂ ਚਲੇ ਗਿਆ, ਕੁਛ ਥੱਲੇ ਜੀਰ ਗਿਆ, ਠੀਕ ਹੈ। ਜਦੋਂ ਤੁਸੀਂ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ ਹੋ, ਵੱਟਾਂ 'ਤੇ ਝੋਨਾ ਲਾਉਣਾ ਸ਼ੁਰੂ ਕਰਦੇ ਹੋ, ਪਾਣੀ ਜਿਹੜਾ ਤੁਹਾਡਾ ਬਜਾਏ ਉੱਡਣ ਦੇ ਜ਼ਮੀਨ ਦੇ ਥੱਲੇ ਵਾਪਸ ਜਾਂਦਾ, ਉਹਨਾਂ ਥੱਲੋਂ ਗੰਡੋਏ ਉੱਤੇ ਆਉਣਾ ਸ਼ੁਰੂ ਹੋ ਜਾਂਦਾ ਜੀ। ਇਹ ਕਿਉਂਕਿ ਗੰਡੋਏ ਜਿਹੜੇ ਹੈਗੇ ਆ ਇਹ ਅਪ੍ਰੈਲ ਤੋਂ ਲੈ ਕੇ, ਜੇ ਤੁਸੀਂ ਜ਼ਮੀਨ ਨੂੰ ਗਿੱਲਾ ਰੱਖੋ, ਅਪ੍ਰੈਲ ਤੋਂ ਲੈ ਕੇ ਇਹ ਦਸੰਬਰ ਤੱਕ ਐਕਟਿਵ ਰਹਿੰਦੇ ਆ, ਇਹ ਤੁਹਾਡੀ ਮਿੱਟੀ ਖਾ ਕੇ ਖਾਦ ਬਣਾਉਂਦੇ ਆ, ਮਿੱਟੀ ਖਾ ਕੇ ਜਿਹੜੇ ਮਲ ਮੂਤਰ ਦੇ ਤੌਰ 'ਤੇ ਤੁਹਾਨੂੰ ਵਾਪਸ ਕਰਦੇ ਆ, ਉਹ ਮਿੱਟੀ ਖਾ ਕੇ ਖਾਦ ਬਣਾਉਂਦੇ ਨੇ। ਪਹਿਲੇ 2-3 ਸਾਲ ਮੈਂ ਕਿਸਾਨਾਂ ਨੂੰ ਕਹਾਂ ਕਿ ਕੱਦੂ ਕਰਕੇ ਤੁਸੀਂ ਗੰਡੋਏ ਸਾਰੇ ਮਾਰ ਲੈ, ਪਹਿਲੇ 2-3 ਸਾਲ ਆਪਣੇ ਗੰਡੋਏ ਪਾ ਲਓ, ਅਲਹਿਦਾ ਤੁਹਾਨੂੰ ਵਰਮੀ ਕੰਪੋਸਟ ਬਣਾਉਣ ਦੀ ਲੋੜ ਨਹੀਂ, ਤੁਹਾਡੀ ਜ਼ਮੀਨ ਦੀ ਮਿੱਟੀ ਖਾ ਕੇ ਉਹਨਾਂ ਨੇ ਵਰਮੀ ਕੰਪੋਸਟ ਦੇ ਦੇਣੀ ਆ, ਪਹਿਲੇ 2 ਸਾਲ ਤੁਹਾਨੂੰ ਮੈਂ ਕਹੂੰਗਾ ਤੁਸੀਂ ਖਾਦ ਪਾਓ, ਉਸ ਤੋਂ ਬਾਅਦ ਹਰ ਸਾਲ ਤੁਹਾਡੀ ਖਾਦ ਘੱਟਣੀ ਸ਼ੁਰੂ ਹੋ ਜਾਣੀ ਹੈ, 4 ਸਾਲਾਂ ਨੂੰ ਤੁਹਾਡੇ ਕਿਸਾਨ ਦੋਸਤੋ ਤੁਹਾਡੇ ਖਾਦ ਪਾਉਣ ਦੀ ਤੁਹਾਨੂੰ ਲੋੜ ਹੀ ਨਹੀਂ ਰਹਿਣੀ, ਜਿੱਦਣ ਤੁਸੀਂ ਕੱਦੂ ਕਰਨਾ ਬੰਦ ਕਰਕੇ ਕੱਦੂ ਤੋਂ ਬਗੈਰ ਵੱਟਾਂ 'ਤੇ ਝੋਨਾ ਲਾਉਣਾ ਸ਼ੁਰੂ ਕਰ ਦਿੰਦਾ, ਠੀਕ ਹੈ ਜੀ। ਇੱਕ ਇਹਦੇ ਵਿੱਚ ਮੇਨ ਸਵਾਲ ਡਾਕਟਰ ਸਾਹਿਬ ਆਉਂਦਾ ਕਿ ਆਪਾਂ ਕਹਿੰਦੇ ਹਾਂ ਕਿ ਪਨੀਰੀ ਜਿੰਨੀ ਛੋਟੀ ਹੋਵੇ ਉਨੀ ਲਾਓ, ਪਰ ਇਹ ਬਹੁਤਿਆਂ ਨੂੰ ਗੱਪ ਵੀ ਲੱਗਦਾ ਵੀ 20 ਦਿਨਾਂ ਦੀ ਪਨੀਰੀ ਕਿੱਥੇ ਲੱਗਦੀ ਹੈ ਜੀ, 15 ਦਿਨ ਦੀ ਪਨੀਰੀ ਨਹੀਂ ਲੱਗਦੀ, ਇਹਨੂੰ ਤਿਆਰ ਕਰਨ ਦਾ ਤਰੀਕਾ ਕੀ ਕਿ ਪਨੀਰੀ ਬਹੁਤ ਵਧੀਆ ਸਬਜ਼ੀ ਬਚਾ ਹੋਵੇ? ਦੇਖੋ ਜੇ ਤਾਂ ਤੁਸੀਂ ਦੋਸਤੋ 40-50% 10-12-15 ਕੁਇੰਟਲ ਤੱਕ ਵੀ ਝਾੜ ਵੱਧ ਲੈਣਾ ਤਾਂ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਹੈ, ਜਿਸ ਤਰ੍ਹਾਂ ਤੁਸੀਂ ਪਿਆਜ਼ਾਂ ਦੀ ਪਨੀਰੀ ਬੀਜਦੇ ਨਾ, ਪਿਆਜ਼ਾਂ ਦੀ ਪਨੀਰੀ ਮਿਹਨਤ ਕਰਕੇ ਅਤੇ ਬੀਜਣ, ਉਸ ਤਰ੍ਹਾਂ ਤੁਸੀਂ ਬੈਸਟ 'ਤੇ ਪਨੀਰੀ ਬੀਜੋ, ਤੁਹਾਡੀ 12-13 ਦਿਨ ਦੀ ਪਨੀਰੀ ਪਹੁੰਚਾ, ਵੱਡੀ ਗੱਲ ਹੈ। ਤੁਸੀਂ ਜਿਹੜਾ ਬੀਜ ਸੋਧਣਾ ਉਹ ਤੁਸੀਂ ਬਾਇਓ ਫਰਟੀਲਾਈਜ਼ਰ ਮਿਲਦੀ ਹੈ, ਫਾਸਫੋਰਸ ਫਿਕਸ ਮਿਲਦੀ ਹੈ, ਨਾਈਟ੍ਰੋਜਨ ਬੈਕਟੀਰੀਆ ਮਿਲਦਾ ਅਤੇ ਪੋਟਾਸ਼ੀਅਮ ਬੈਕਟੀਰੀਆ ਮਿਲਦਾ, ਇਹਦੇ ਨਾਲ ਤਾਂ ਟ੍ਰਾਈਕੋਡਰਮੇ ਨਾਲ ਟ੍ਰੀਟ ਕਰਕੇ ਬੀਜਣੀ, ਇਹਦੇ ਨਾਲ ਤੁਹਾਡੀ ਪਨੀਰੀ ਬੜੀ ਛੇਤੀ ਤਿਆਰ ਹੋ ਜਾਏਗੀ, ਤੁਹਾਡੀ ਜਿਹੜੀ ਪਨੀਰੀ ਬੈਡਸ 'ਤੇ ਲਾਓਗੇ ਤੁਹਾਡੀ 12-13 ਦਿਨ ਦੀ ਪਟਕੇ ਲਾਉਣ ਜੋਗੀ ਹੋ ਜਾਊਗੀ, ਪਰ 15-20 ਦਿਨ ਤੱਕ ਬੜੇ ਆਰਾਮ ਨਾਲ ਲੱਗ ਜਾਏਗੀ। ਔਰ ਵੱਡੀ ਗੱਲ ਹੈ, ਵੱਡੀ ਜਿਹੜੀ ਪਨੀਰੀ ਤੁਸੀਂ ਪੱਟ ਕੇ ਲਾਉਂਦੇ ਹੋ ਉਹਦਾ ਅਪਰੂਟਿਡ ਸਟ੍ਰੈਸ ਆ, ਪੱਟਦੇ ਹੁੰਦੇ ਪੈਰੇ 'ਚ ਇਹਦੀ ਰੂਟਸ ਡਿਵੈਲਪ ਹੋ ਜਾਂਦੀ ਹੈ ਨਾ, ਉਹ ਪੁੱਟ ਕੇ ਲਾਉਂਦੇ ਹੋ, 5-7 ਦਿਨ ਰੁਕ ਕੇ ਚੱਲਦੀ ਹੈ, ਜਿਹੜੀ ਛੋਟੀ 20 ਦਿਨ ਤੋਂ ਥੱਲੇ ਦੀ ਪਨੀਰੀ ਉਹ ਨਾਲ ਦੀ ਨਾਲ ਚੱਲਦੀ ਹੈ। ਇਹਦੇ ਨਾਲ ਤੁਹਾਡਾ ਜਿਹੜਾ ਤੁਸੀਂ ਵੱਟਾਂ 'ਤੇ ਝੋਨਾ ਲਾਇਆ, ਇੱਕ ਤਾਂ ਸਿੱਧੀਆਂ ਲਾਈਨਾਂ ਲੱਗਦੀਆਂ, ਬਰਾਬਰ ਸਨਲਾਈਟ ਪੈਂਦਾ, ਸੋਲਰ ਰੇਡੀਏਸ਼ਨ ਬਰਾਬਰ ਪੈਂਦੀ ਹੈ, ਬਰਾਬਰ ਹਵਾ ਪੈਂਦੀਆਂ ਨੇ, ਇਹਦੇ ਨਾਲ ਫੋਟੋ ਸਿੰਥੈਟਿਕ ਐਕਟੀਵਿਟੀ ਇੰਨੀ ਤੇਜ਼ ਹੋ ਜਾਂਦੀ ਹੈ ਕਿ ਜਿਹੜੀ ਫਸਲ ਹੈ ਜਿਵੇਂ PR 126 ਹੈ ਇਹ 12 ਦਿਨ ਪਹਿਲੇ ਪੱਕੀ ਹੈ, PR 121 17 ਦਿਨ, ਕਿਉਂਕਿ PR 126 ਦੇ 126 ਦਿਨ ਲੱਗਦੇ,
बराबर दी सनलाइट पैंदी है, बराबर दी सोलर रेडिएशन हवा पैंदी है, इहना फोटोसिंथेटिक एक्टिविटी उहनां दी फास्ट हो जांदी है जिन्ना इह पहले पक जांदी है। और दूसरी गल इह है ते थल्यों ते गलोए आने शुरू हो जांदे ने, असी कद्दू करके पानी नूं थले जाण नहीं दिंदे, उड़ना शुरू हो जांदा, जिहड़ा पानी थले जांदा नहीं थोड़े गलोए उत्ते आउंदे ने जद तक बारिशां नहीं पैंदियां दूजे पासे नहीं होंदियां। कद्दू अज तक गलोए हुंदे ही नहीं, जिहड़े गनोयां ने थोड़ी मिट्टी खा के थोड़ी खाद पैदा करनी है उन्हें गनोयां ने थोड़ी जमीन नूं इन्ना नरम बना देना कि जिहड़ा जिहड़ा किसान है ना पराली नूं अग लाउंदा कद्दू काली काली पराली लाउंदा, क्योंकि कद्दू जिहड़ा आपां लगातार करदे हां उहदे नाल इक बड़ी हार्ड सख्त लेयर पैदा हो जांदी है, सोडियम लेयर कहिंदे ने साइंस दे विच। उह सोडियम लेयर ने सौं ही चुक ली है वी पानी थले जाण नहीं देना, थले उहनां ने गनोए दा सा घुट के थले मार देना। वह जी सोडियम लेयर है वह कली बहुनी औखी है जी कि जग न फोर्स करती है दबादी है भी तुम हम अग ला तो अगली फसल आनी है। जिदन कद्दू करके बंद करता वटा के झोना शुरू कर वटा लाना शुरू कर दिता, यही जी किसान अज जे सैमीनार हो रहा है बे टाइम है सैमीनार हो रहा है भी पराली अग ना लाओ जी, पराली की सामभ संभाल पानी पानी की लोगों छड के ये सैमीनार करने की लड़ नहीं पैनी। इसे पराली जट ने कुदरत का वरदान समझ के जमीन चाहना, इसे पराली थोड़े गनोया ने खा के थोड़ी जैविक खाद के रूप बदल देना। चार पंजां सालां दे विच मेरा शर्त ला लो जो थोड़ा खाद की लड़ पेगी कद्दू करना छड़ दो और सरकार को शो कर दो भी कद्दू करना हूँ तक साढ़े तो पाप हों कद्दू बिल्कुल ना करो कद्दू। ये जरा पहले तुम दसिया भी पहले 15 दिन थोड़ा पानी देने की देखने की लड़ है, उस तो बाद इन्ना पानी थले जमीन चल जाता और जल इन्नी डूंगी चल जाती है झोना पानी के स्ट्रेस में सार देता थलों पानी खिंच लगा जी। इस करके ये तुम्हें खतरा भी घट जाता, तेड़ा का खतरा भी नहीं पैंता, जे कोई माड़ा मोटा सुक के तेड़ पै भी जाए वो उन्नी क तेड़ पैंती है जिनी कि थोड़ी रेन वाटर हारवेस्टिंग वास्ते थोड़ा नुकसान नहीं कर। इस करके तुम वटा के झोना लाओ, छोटी पनीर लाओ, वही पनीर लाओ। मेरे जो तजर्बे ने दसते ने भी 30 दिन की पनीरी ने वटा वाले झोने ने झाड़ कद्दू वाले ने वध दिता, 30 to 35 दिन वाले दिन बराबर दिता। 35 दिन तो बाद जी लाई है जिस किसान ने लाई है वह कद्दू झाड़ घट निकलिया, टेक्निकल रीजन मेरे को जवाब है नहीं भी क्यों ये होया। बाकी छोटी जिनी पनीरी ला लो उन्ना वध फायदा उन्नी जल्दी पकेगी, जिनी वड्डी पनीरी है ਉਹਦੀਆਂ ਜਿਹੜੀਆਂ ਪ੍ਰਾਈਮਰੀ ਰੂਟਸ ਡਿਵੈਲਪ ਹੋ ਜਾਂਦੀਆਂ ਟੈਰੀਸਰੀ ਰੂਟਸ ਡਿਵੈਲਪ ਹੁੰਦੀਆਂ ਉਹ ਜਦੋਂ ਅਪਰੂਟ ਹੁੰਦੀਆਂ ਉਹਨੂੰ ਉਹਦਾ ਸਟ੍ਰੈਸ ਪੈਂਦਾ, ਉਹਦੇ ਨਾਲ ਛੋਟੀ ਪਨੀਰੀ ਜਿਹੜੀ ਉਹ ਪਹਿਲੇ ਪੱਕਦੀ ਹੈ ਵੱਡੀ ਪਨੀਰੀ। ਪਨੀਰੀ ਫਾਰਮਰ ਤਿਆਰ ਕਰ ਲੈਂਦੇ ਆ ਕ੍ਰੌਪ ਪ੍ਰੈਕਟਿਸ ਦੇ ਵਿੱਚ, ਜਿਹੜਾ ਝੋਨਾ ਟ੍ਰਾਂਸਪਲਾਂਟ ਥੋੜੀ ਤਕਨੀਕ ਨਾਲ ਵੀ ਕਰ ਲੈਣਗੇ, ਵੱਢਣ ਦੇ ਵਿੱਚ ਕੋਈ ਮੁਸ਼ਕਲ ਆ ਸਕਦੀ ਹੈ? ਵੱਢਣ ਦੇ ਕੰਬਾਈਨ ਦੀ ਪ੍ਰੋਬਲਮ ਆਉਂਦੀ ਹੈ, ਵਧੀਆ ਸਵਾਲ ਹੈ। ਦੂਜੀ ਇਹ ਜਿਹੜਾ ਕੱਦੂ ਵਾਲੀ ਜਿਹੜੀ ਹੈਗੀ ਆ ਜ਼ਮੀਨ ਉਹਦੇ ਵਿੱਚ ਜਿਹੜੀ ਵੱਢਣ ਦੇ ਵਿੱਚ ਕੰਬਾਈਨ ਔਖੀ ਚੱਲ ਸਕਦੀ ਹੈ ਉਹਦੀ ਸਖਤ ਹੋਣ ਕਰਕੇ, ਜਿਹੜੀ ਵੱਟਾਂ ਵਾਲੀ ਪਨੀਰੀ ਝੋਨਾ ਹੈਗਾ ਉਹਦੇ ਵਿੱਚ ਤੁਹਾਡੇ ਗਨੋਇਆਂ ਨੇ ਉੱਤੇ ਆ ਕੇ ਇਹਨੂੰ ਜ਼ਮੀਨ ਨੂੰ ਇੰਨਾ ਨਾਲ ਬਣਾ ਦੇਣਾ ਕਿ ਜ਼ਮੀਨ ਦੀ ਜਿਹੜੀ ਉਹ ਵੱਟਾਂ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਟਾਇਰਾਂ ਦੀ ਪਕੜ ਇੰਨੀ ਵਧੀਆ ਬਣਨੀ, ਕੰਬਾਈਨ ਨੇ ਬੜੀ ਤੇਜ਼ੀ ਨਾਲ ਭੱਜਣਾ, ਬਹੁਤ ਸੋਹਣਾ ਆਰਾਮ ਨਾਲ ਵੱਢਣਾ। ਔਰ ਜਿਹੜੀ ਕੁਤਰੀ ਹੋਈ ਪਰਾਲੀ ਜਿਹੜੀ SMS ਨਾਲ ਵੱਢੀ ਪਰਾਲੀ ਨੂੰ DD14 ਟਰੈਕਟਰ ਈਵਨ ਜਿਹੜਾ ਬੰਦਾ ਆਪਣਾ ਬਲਦਾਂ ਦੇ ਹਾਲਣ ਵਾਲੀ ਜ਼ਮੀਨ 'ਚ ਬੜੀ ਛੇਤੀ ਉਹਨੂੰ ਬੜੀ ਸੌਖੀ ਲਾ ਦੇਗਾ। ਔਰ ਬਾਅਦ ਜਦੋਂ ਰੌਣੀ ਕਰਾਂਗੇ, ਇੱਕ ਤਾਂ ਤੁਸੀਂ ਕੱਦੂ ਵਾਲੀ ਨੂੰ ਰੌਣੀ ਕਰੋ ਬੱਤਰ ਲੇਟ ਆਉਂਦਾ, ਜਦੋਂ ਅਸੀਂ ਇਹਦੇ 'ਚ ਰੌਣੀ ਕਰਨੀ ਅਸੀਂ ਵੱਟਾਂ 'ਚ ਖਾਲ ਦੇਣੀ ਪਾਣੀ ਦੇਣਾ, ਵੱਟਾਂ 'ਚ ਪਾਣੀ ਦੇਣਾ ਜਿਹੜਾ 30% ਏਰੀਆ ਜਾਣਾ, ਇਹਨਾਂ ਬੱਤਰ ਵੀ ਛੇਤੀ ਆ ਜਾਣਾ। ਬੱਤਰ ਵਾਲੀ ਪਰਾਲੀ ਦੇ ਵਿੱਚ ਜਿਹੜੀ ਜ਼ਮੀਨ 'ਚ ਰੌਣੀ ਬੜੀ ਸੌਖੀ ਹੈ, ਉਹਦੇ ਨਾਲ ਪਰਾਲੀ ਗਲ ਜਾਣੀ ਹੈ, ਨਾ ਤੁਹਾਨੂੰ ਗੁਲਾਬੀ ਸੁੰਡੀ ਦਾ ਡਰ ਰਹਿ ਜਾਣਾ, ਨਾ ਤੁਹਾਨੂੰ ਸੈਨਿਕ ਸੁੰਡੀ ਦਾ ਡਰ ਰਹਿ ਜਾਣਾ। ਯਾਨੀ ਆਉਣ ਵਾਲੇ ਸਮੇਂ ਜਿੱਦਣ ਤੁਹਾਡੇ ਇਹ ਹੈਪੀ ਸੀਡਰ ਸੁਪਰ ਸੀਡਰ ਇੰਨੇ ਮਹਿੰਗੇ ਮਹਿੰਗੇ ਸੀਡਰ ਜਿਹਨੇ ਕਿਸਾਨ ਕਰਜ਼ਾਈ ਬਣਾ ਤਾ, ਜਿਹਨਾਂ ਨੇ ਜਿਹਨੇ ਕਿਸਾਨ ਕਰਜ਼ਾਈ ਬਣਾ, ਇਹ ਜਵਾਬ ਹੋ ਜਾਣਗੇ, ਇਹਨੂੰ ਕੋਈ ਨਹੀਂ ਪੁੱਛੂਗਾ। ਕਿਸਾਨ ਜਿਹੜਾ ਆਮ ਛੋਟਾ ਟਰੈਕਟਰ ਜਿਹੜਾ ਉਹਦੇ ਕੋਲ DT14 ਹੈ, ਜੀਟਰ ਵੀ 11 ਹੈ, ਜਿਹੜਾ ਹੈ 30-35 ਹੈ, ਛੋਟੇ ਟਰੈਕਟਰ ਲਈ ਬੜੇ ਵਧੀਆ ਕੰਮ ਸਾਰੇਗਾ, ਕੋਈ ਵੱਡੇ ਟਰੈਕਟਰ ਦੀ ਲੋੜ ਨਹੀਂ, ਕੋਈ ਹੈਪੀ ਸੀਡਰ ਦੀ ਲੋੜ ਨਹੀਂ, ਕਿਸੇ ਸੁਪਰ ਸੀਡਰ ਦੀ ਲੋੜ ਨਹੀਂ। ਠੀਕ ਹੈ ਜੀ।
किसान वीरों डॉक्टर साहब ने जी वट्टां दे उपर लाउण वाली तकनीक दे बारे लगभग मोटी मोटी सारी जानकारी दी जी आम नॉर्मल फार्मर समझ सकदा जिन्हें पहली बार करना जां दोबारा रिपीट ते करना वह भी अपनियां गलतियां नूं जिहड़ा सुधार के चंगा झाड़ लै सकदा। डॉक्टर साहब तुसीं किसानां वास्ते समां कढ़िया, तुहाडा बहुत बहुत धन्नवाद। थैंक यू जी।